ਮੂਵੀ ਦਾ ਮੈਸੇਜ ਸੀ ਵੀ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ, ਬੁਰਾਈ ਨਹੀਂ ਕਰਨੀ ਚਾਹੀਦੀ, ਆਪ ਸੱਚਾ ਮਨ ਕੇ ਰਹਿਣਾ ਚਾਹੀਦਾ। ਗਿੱਪੀ ਗਰੇਵਾਲ ਭਾਅ ਜੀ ਦਾ, ਗੁਰਪ੍ਰੀਤ ਭਾਅ ਜੀ ਦਾ ਔਸਮ ਸੀ, ਬਹੁਤ ਵਧੀਆ, ਬਹੁਤ ਬਹੁਤ ਇਮੋਸ਼ਨਲ ਹੈ ਅਤੇ ਬਹੁਤ ਵੈਲ ਸਕ੍ਰਿਪਟਿਡ ਹੈ। ਆਈ ਵੁੱਡ ਸੇ ਕਿ ਮਤਲਬ ਹਰ ਛੋਟੇ ਛੋਟੇ ਪੁਆਇੰਟ ਦੇ ਉੱਤੇ ਉਹਨਾਂ ਨੇ ਫੈਮਿਲੀ ਦੇ ਬਹੁਤ ਸਾਰੇ ਇਮੋਸ਼ਨਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੈਰੀ ਗੁੱਡ ਮੈਸੇਜ ਪੂਰੇ ਥਰੂ ਆਊਟ ਮੂਵੀ ਵਿੱਚ, ਔਰ ਐਵਰੀ ਕੈਰੇਕਟਰ ਵਾਸ ਵੈਰੀ ਵੈਰੀ ਦੇ ਹੈਵ ਐਕਟਡ ਵੈਰੀ ਵੈਲ। ਕਹਿੰਦੇ ਨੇ ਕਿ ਅਸੀਂ ਜੋ ਬੀਜਦੇ ਹਾਂ ਤੇ ਉਹੀ ਸਾਨੂੰ ਵੱਢਣਾ ਪੈਂਦਾ ਹੈ, ਯਾਨੀ ਕਿ ਅਸੀਂ ਜਿਹੜੇ ਵੀ ਕਰਮ ਕਰਦੇ ਹਾਂ, ਚਾਹੇ ਕਿਸੇ ਨਾਲ ਚੰਗਾ ਕਰੀਏ ਚਾਹੇ ਕਿਸੇ ਨਾਲ ਮਾੜਾ ਕਰੀਏ, ਤਾਂ ਉਹ ਇਸੇ ਜਨਮ ਦੇ ਵਿੱਚ ਸਾਨੂੰ ਇੱਥੇ ਹੀ ਉਸ ਚੀਜ਼ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਚੀਜ਼ ਸੁਣੀ ਸਭ ਨੇ ਹੋਏਗੀ, ਪਰ ਇਸ ਚੀਜ਼ ਦੀ ਬਿਲਕੁਲ ਅਸਲ ਐਗਜ਼ਾਮਪਲ ਤੇ ਇਸ ਚੀਜ਼ ਦਾ ਬਿਲਕੁਲ ਅਸਲ ਸੁਨੇਹਾ ਜਿਹੜਾ ਹੈ ਉਹ ਸਮਝਾ ਰਹੀ ਹੈ ਇਹ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ। ਤੇ ਇਸ ਫਿਲਮ ਦੇ ਵਿੱਚ ਜਿਹੜੇ ਵੀ ਇਸ ਫਿਲਮ ਨੂੰ ਦੇਖ ਕੇ ਦਰਸ਼ਕ ਬਾਹਰ ਨਿਕਲ ਰਹੇ ਨੇ ਤੇ ਜਾਂ ਤਾਂ ਉਹ ਭਾਵੁਕ ਹੋ ਰਹੇ ਨੇ ਤੇ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਨਾ ਕੋਈ ਇੱਕ ਭਾਵਨਾ ਅਜਿਹੀ ਹੈ ਜੋ ਕਿ ਅਰਦਾਸ ਦੇ ਅਸਲ ਮਤਲਬ ਦੇ ਨਾਲ ਜੁੜੀ ਹੋਈ ਹੈ। ਤੇ ਆਓ ਲੋਕਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਇਹ ਮੂਵੀ ਕਿਹੋ ਜਿਹੀ ਲੱਗੀ। ਮੈਮ ਕਿੱਦਾਂ ਦੀ ਲੱਗੀ ਮੂਵੀ? ਬਹੁਤ ਵਧੀਆ ਸੀ ਮੂਵੀ, ਬਹੁਤ ਮੂਵੀ ਦਾ ਮੈਸੇਜ ਕਿਹੋ ਜਿਹਾ ਲੱਗਿਆ? ਮੈਮ ਮੂਵੀ ਦਾ ਮੈਸੇਜ ਸੀ ਵੀ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ, ਬੁਰਾਈ ਨਹੀਂ ਕਰਨੀ ਚਾਹੀਦੀ, ਆਪ ਸੱਚਾ ਬਣ ਕੇ ਰਹਿਣਾ ਚਾਹੀਦਾ। ਬਹੁਤ ਜ਼ਿਆਦਾ ਮੈਸੇਜ ਇਹਦੇ ਵਿੱਚ ਤਾਂ ਸਭ ਨੂੰ ਦੇਖਣੀ ਚਾਹੀਦੀ ਹੈ ਜੀ। ਥੈਂਕ ਯੂ। ਕਿੱਦਾਂ ਦੀ ਲੱਗੀ? ਨਾਈਸ, ਵੈਰੀ ਨਾਈਸ। ਕਿੰਨੇ ਸਟਾਰਸ ਦੇ? ਜੀ, ਕਿੰਨੇ ਸਟਾਰਸ ਦੇ? 5 ਸਟਾਰਸ। ਇਟ ਵਾਸ ਵੈਰੀ ਫਨ ਮੂਵੀ। ਤਾਂ ਤੁਹਾਨੂੰ ਕਿੱਦਾਂ ਦੀ ਲੱਗੀ? ਬਹੁਤ ਵਧੀਆ, ਬਹੁਤ ਹੀ ਇਮੋਸ਼ਨਲ ਹੈ ਤੇ ਬਹੁਤ ਵੈਲ ਸਕ੍ਰਿਪਟਿਡ ਹੈ। ਆਈ ਵੁੱਡ ਸੇ ਕਿ ਮਤਲਬ ਹਰ ਛੋਟੇ ਛੋਟੇ ਪੁਆਇੰਟ ਦੇ ਉੱਤੇ ਉਹਨਾਂ ਨੇ ਫੈਮਿਲੀ ਦੇ ਬਹੁਤ ਸਾਰੇ ਇਮੋਸ਼ਨਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਬਹੁਤ ਇੰਜੋਏਬਲ ਹੈ। ਕਿਹੜਾ ਕੈਰੈਕਟਰ ਸਭ ਤੋਂ ਸੋਹਣਾ ਲੱਗਿਆ ਸਰ? ਕਿਹੜਾ ਪਾਰਟ ਸਭ ਤੋਂ ਸੋਹਣਾ ਲੱਗਿਆ? ਆਈ ਵੁੱਡ ਸੇ ਕਿ ਉਹ ਮਤਲਬ ਇੰਨੇ ਸੋਹਣੇ ਤਰੀਕੇ ਨਾਲ ਉਹ ਸਾਰੇ ਸਜਾਏ ਹੋਏ ਨੇ ਚੀਜ਼ਾਂ ਨੇ ਕਿ ਗੁਰਪ੍ਰੀਤ ਘੁੱਗੀ ਜਿਵੇਂ ਸਾਰੀ ਫਿਲਮ ਨੂੰ ਨਰੇਟ ਕਰਦੇ ਨੇ, ਉਹ ਸਾਰੀ ਪੂਰੀ ਇੱਕ ਤਰ੍ਹਾਂ ਕਹਿ ਲਓ ਕਿ ਪਰਲਸ ਨੂੰ ਸਾਰੇ ਉਹਨਾਂ ਨੇ ਮਾਲਾ 'ਚ ਪਰਵਾਇਆ ਤੇ ਮਤਲਬ ਬਹੁਤ ਸ਼ਾਨਦਾਰ। ਛੋਟੇ ਛੋਟੇ ਪ੍ਰਿੰਸ ਕਮਲਜੀਤ ਕਹਿ ਲਓ ਜਾਂ ਗਿੱਪੀ ਗਰੇਵਾਲ ਕਹਿ ਲਓ, ਤੇ ਸਾਰਿਆਂ ਨੇ ਬਹੁਤ ਅੱਛਾ ਕਰਿਆ ਹੈ। ਇਮੋਸ਼ਨਸ ਜਿਹੜੇ ਨਿਕਲ ਕੇ ਆਏ ਨੇ ਮਤਲਬ ਬਹੁਤ ਸੋਹਣੇ ਨੇ ਉਹ। ਆਈ ਵੁੱਡ ਸੇ ਕਿ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ ਕਿਉਂਕਿ ਫੈਮਿਲੀ ਜੋ ਰਿਲੇਸ਼ਨਸ਼ਿਪ ਆਪਸ 'ਚ ਕਨੈਕਸ਼ਨ ਹੈ ਪਿਓ ਪੁੱਤ ਦਾ ਬਹੁਤ ਸੋਹਣਾ ਦਿਖਾਇਆ। ਫੋਰ ਮੀ ਇਟ ਇਜ਼ ਵੈਰੀ ਯੂ ਨੋ ਹਾਰਟ ਟੱਚਿੰਗ ਫੋਰ ਮੀ, ਸੋ ਆਈ ਵੁੱਡ ਸੇ ਕਿ ਹਰ ਕਿਸੇ ਨੂੰ ਜ਼ਰੂਰ ਦੇਖਣੀ ਚਾਹੀਦੀ। ਗਿੱਪੀ ਗਰੇਵਾਲ ਹਰ ਫਿਲਮ ਦੇ ਨਾਲ ਡਾਇਰੈਕਟ ਐਜ਼ ਅ ਡਾਇਰੈਕਟਰ ਐਜ਼ ਕੰਪੇਅਰ ਟੂ ਐਕਟਰ ਆਈ ਵੁੱਡ ਸੇ ਐਜ਼ ਅ ਡਾਇਰੈਕਟਰ ਉਹ ਜ਼ਿਆਦਾ ਨਿਖਰ ਕੇ ਆ ਰਿਹਾ ਹੈ। ਤਾਂ ਬਹੁਤ ਅੱਛੀ ਫਿਲਮ ਹੈ, ਬਹੁਤ ਸ਼ਾਨਦਾਰ ਹੈ। ਥੈਂਕ ਯੂ। ਮੈਨੂੰ ਸਾਰਾ ਵਧੀਆ ਲੱਗਿਆ, ਬਟ ਮੈਨੂੰ ਜਿਹੜਾ ਪਿਓ ਹੁੰਦਾ ਜਿਹਦੀ ਧੀ ਜਿਹੜੀ ਹੈਗੀ ਹੈ ਉਹ ਪੈਰਲਾਈਜ਼ ਹੁੰਦੀ ਹੈ ਐਂਡ ਉਹ ਮੈਨੂੰ ਬਹੁਤ ਕਨਵਿੰਸਿੰਗ ਔਰ ਬਹੁਤ ਜ਼ਿਆਦਾ ਐਪਰੀਸ਼ੀਏਟਿੰਗ ਲੱਗਿਆ। ਬਟ ਅਦਰਵਾਈਜ਼ ਗਿੱਪੀ ਗਰੇਵਾਲ ਦਾ ਸਟੋਰੀ ਐਂਡ ਡਾਇਰੈਕਸ਼ਨ ਐਂਡ ਐਵਰੀਥਿੰਗ ਵਾਸ ਵੈਰੀ ਗੁੱਡ।
ਜਿਵੇਂ ਕਿ ਅਸੀਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ, ਹਰ ਕਿਸੇ ਨੂੰ ਇਹ ਮੂਵੀ ਬਹੁਤ ਸੋਹਣੀ ਲੱਗੀ ਹੈ। ਹਰ ਕੋਈ ਇਹੀ ਕਹਿੰਦਾ ਕਿ ਇਹ ਮੂਵੀ ਦੇ ਵਿੱਚ ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਹੈ। ਫੈਮਿਲੀ ਦੇ ਜਿਹੜੇ ਰਿਸ਼ਤੇ ਹੁੰਦੇ ਨੇ, ਹਰ ਰਿਸ਼ਤੇ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਸ ਮੂਵੀ ਦੇ ਵਿੱਚ ਸਮਝਾਇਆ ਵੀ ਗਿਆ ਹੈ। ਹਰ ਜਿਹੜੇ ਰਿਸ਼ਤੇ ਦੀ ਇੰਪੋਰਟੈਂਸ ਵੀ ਇਸ ਮੂਵੀ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਦੱਸੀ ਗਈ ਹੈ। ਅਤੇ ਜੇਕਰ ਤੁਸੀਂ ਵੀ ਹਜੇ ਤੱਕ ਇਹ ਮੂਵੀ ਨਹੀਂ ਦੇਖੀ ਤਾਂ ਇੱਕ ਵਾਰ ਜ਼ਰੂਰ ਦੇਖ ਕੇ ਆਓ। ਪੂਰੀ ਪਰਿਵਾਰਕ ਮੂਵੀ ਹੈ ਅਤੇ ਹਰ ਕੋਈ ਇਸ ਮੂਵੀ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋਇਆ।